ਇੱਕ ਪਤੀ ਦੇ ਵੱਲੋਂ ਆਪਣੀ ਗਰਭਵਤੀ ਪਤਨੀ ਨੂੰ ਜਿਉਂਦੇ ਹੀ ਸਾੜ ਦਿੱਤਾ। ਉਸ ਦੀ ਲਾਸ਼ ਨੂੰ ਗਠੜੀ ਦੇ ਵਿੱਚ ਬੰਨਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੇ ਮੁਲਾਜ਼ਮ ਆਂਢ ਗੁਆਂਢ ਪੂਰਾ ਪਿੰਡ ਇਕੱਠਾ ਹੋ ਗਿਆ। ਦੱਸਦੇ ਕਿ ਹਾਲੇ 2-2.5 ਸਾਲ ਹੋਏ ਸੀ ਵਿਆਹ ਨੂੰ ਤੇ ਜਿਸ ਪਤਨੀ ਦਾ ਕਤਲ ਕੀਤਾ ਉਸਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ ਔਰ ਇਸੇ ਸ਼ਖਸ ਦੇ ਵੱਲੋਂ 3 ਜਾਨਾਂ ਦੀ ਜਾਨ ਲਈ ਗਈ। ਬਾਬਾ ਬਕਾਲਾ ਹਲਕੇ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ। ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਬੂਲੇ ਨੰਗਲ ਦੇ ਵਿੱਚ ਇਹ ਦਰਦਨਾਕ ਅਤੇ ਘਿਨਾਉਣਾ ਮਾਮਲਾ ਸਾਹਮਣੇ ਆਇਆ। ਥਾਣਾ ਬਿਆਸ ਪੁਲਿਸ ਅਤੇ ਪਿੰਡ ਵਾਸੀਆਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਮਜ਼ਦੂਰੀ ਕਰਦਾ ਸੀ ਔਰ ਇਸਦਾ ਵਿਆਹ 2-2.5 ਸਾਲ ਪਹਿਲਾਂ ਹੋਇਆ ਸੀ। ਇਸਦੀ ਪਤਨੀ ਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ। ਇਸਨੇ 3 ਜਾਨਾਂ ਲਈਆਂ ਨੇ। ਆਪਣੀ ਪਤਨੀ ਜੋ ਗਰਭਵਤੀ ਸੀ ਉਸਨੂੰ ਜਿਉਂਦੇ ਹੀ ਸਾੜ ਦਿੱਤਾ ਔਰ ਇਸ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ। ਫਿਲਹਾਲ ਮੁਲਜ਼ਮ ਦੀ ਭਾਲ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਪਤਨੀ ਦਾ ਕਤਲ ਕੀਤਾ ਉਸਦਾ ਨਾਮ ਪਿੰਕੀ ਹੈ ਔਰ ਉਸਦੇ ਪਤੀ ਹਤਿਆਰੇ ਦਾ ਨਾਮ ਸੁਖਦੇਵ ਸਿੰਘ ਹੈ। ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੀ ਪਤਨੀ ਨੂੰ ਜੋ ਕਿ ਗਰਭਵਤੀ ਸੀ ਉਸਨੂੰ ਜਿਉਂਦੇ ਹੀ ਸਾੜ ਦਿੱਤਾ ਔਰ ਪੂਰਾ ਕਮਰੇ ਦਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਜੋ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਗਿਆ। ਤਾਂ ਦੱਸਦੇ ਕਿ ਪਤਨੀ ਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ ਔਰ ਇਸ ਸ਼ਖਸ ਦੇ ਵੱਲੋਂ 3 ਜਾਨਾਂ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਕਦੋਂ ਤੱਕ ਇਸ ਅਪਰਾਧੀ ਨੂੰ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੂਰੇ ਇਲਾਕੇ ਦੇ ਵਿੱਚ ਇਸ ਦਰਦਨਾਕ ਅਤੇ ਘਿਨਾਉਣੀ ਵਾਰਦਾਤ ਤੋਂ ਬਾਅਦ ਸਹਿਮ ਦਾ ਡਰ ਦਾ ਮਾਹੌਲ ਹੈ। ਇੱਕ ਪਤੀ ਦੇ ਵੱਲੋਂ ਆਪਣੀ ਗਰਭਵਤੀ ਪਤਨੀ ਨੂੰ ਜਿਉਂਦੇ ਹੀ ਸਾੜ ਦਿੱਤਾ। ਉਸਦੀ ਲਾਸ਼ ਨੂੰ ਗਠੜੀ ਦੇ ਵਿੱਚ ਬੰਨਿਆ ਔਰ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੇ ਮੁਲਾਜ਼ਮ ਆਂਢ ਗੁਆਂਢ ਪੂਰਾ ਪਿੰਡ ਇਕੱਠਾ ਹੋ ਗਿਆ। ਦੱਸਦੇ ਕਿ ਹਾਲੇ 2-2.5 ਸਾਲ ਹੋਏ ਸੀ ਵਿਆਹ ਨੂੰ ਤੇ ਜਿਸ ਪਤਨੀ ਦਾ ਕਤਲ ਕੀਤਾ ਉਸਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ ਔਰ ਇਸੇ ਸ਼ਖਸ ਦੇ ਵੱਲੋਂ 3 ਜਾਨਾਂ ਦੀ ਜਾਨ ਲਈ ਗਈ। ਬਾਬਾ ਬਕਾਲਾ ਹਲਕੇ ਦੇ ਵਿੱਚ ਇਹ ਵੱਡੀ ਵਾਰਦਾਤ ਹੋਈ। ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਹਲਕਾ ਬਾਬਾ ਬਕਾਲਾ ਦੇ ਪਿੰਡ ਬੂਲੇ ਨੰਗਲ ਦੇ ਵਿੱਚ ਇਹ ਦਰਦਨਾਕ ਅਤੇ ਘਿਨਾਉਣਾ ਮਾਮਲਾ ਸਾਹਮਣੇ ਆਇਆ। ਥਾਣਾ ਬਿਆਸ ਪੁਲਿਸ ਅਤੇ ਪਿੰਡ ਵਾਸੀਆਂ ਦੇ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਮਜ਼ਦੂਰੀ ਕਰਦਾ ਸੀ ਔਰ ਇਸਦਾ ਵਿਆਹ 2-2.5 ਸਾਲ ਪਹਿਲਾਂ ਹੋਇਆ ਸੀ। ਇਸਦੀ ਪਤਨੀ ਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ। ਇਸਨੇ 3 ਜਾਨਾਂ ਲਈਆਂ ਨੇ। ਆਪਣੀ ਪਤਨੀ ਜੋ ਗਰਭਵਤੀ ਸੀ ਉਸਨੂੰ ਜਿਉਂਦੇ ਹੀ ਸਾੜ ਦਿੱਤਾ ਔਰ ਇਸ ਵਾਰਦਾਤ ਤੋਂ ਬਾਅਦ ਫਰਾਰ ਹੋ ਗਿਆ। ਫਿਲਹਾਲ ਮੁਲਜ਼ਮ ਦੀ ਭਾਲ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਲੜਕੀ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਪਤਨੀ ਦਾ ਕਤਲ ਕੀਤਾ ਉਸਦਾ ਨਾਮ ਪਿੰਕੀ ਹੈ ਔਰ ਉਸਦੇ ਪਤੀ ਹਤਿਆਰੇ ਦਾ ਨਾਮ ਸੁਖਦੇਵ ਸਿੰਘ ਹੈ। ਜਿਸ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆਪਣੀ ਪਤਨੀ ਨੂੰ ਜੋ ਕਿ ਗਰਭਵਤੀ ਸੀ ਉਸਨੂੰ ਜਿਉਂਦੇ ਹੀ ਸਾੜ ਦਿੱਤਾ ਔਰ ਪੂਰਾ ਕਮਰੇ ਦਾ ਸਮਾਨ ਵੀ ਸੜ ਕੇ ਸਵਾਹ ਹੋ ਗਿਆ ਜੋ ਪੁਲਿਸ ਦੇ ਵੱਲੋਂ ਜ਼ਬਤ ਕੀਤਾ ਗਿਆ। ਤਾਂ ਦੱਸਦੇ ਕਿ ਪਤਨੀ ਦੀ ਕੁੱਖ ਦੇ ਵਿੱਚ 2 ਜੁੜਵਾ ਬੱਚੇ ਪਲ ਰਹੇ ਸੀ ਔਰ ਇਸ ਸ਼ਖਸ ਦੇ ਵੱਲੋਂ 3 ਜਾਨਾਂ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਿਸ ਕਦੋਂ ਤੱਕ ਇਸ ਅਪਰਾਧੀ ਨੂੰ ਕਾਬੂ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਪਰ ਪੂਰੇ ਇਲਾਕੇ ਦੇ ਵਿੱਚ
ਇਸ ਦਰਦਨਾਕ ਅਤੇ ਘਿਨਾਉਣੀ ਵਾਰਦਾਤ ਤੋਂ ਬਾਅਦ ਸਹਿਮ ਦਾ ਡਰ ਦਾ ਮਾਹੌਲ ਹੈ।